Thank you. Thank you, James. And thank you, Satluj TV, to covering us today. That is, ਇੱਥੇ ਪੰਜਾਬ ਵਿੱਚ ਮੈਂ ਕਰਦੀ ਹਾਂ, ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਮੀਡੀਆ ਨਹੀਂ ਗਾ, ਸਪੈਸ਼ਲੀ ਫੋਰ ਸਿੱਖ ਕਮਿਊਨਿਟੀ ਕੋਲ, ਸਿੱਖ ਕਮਿਊਨਿਟੀ ਦੇ ਫਿਊ ਚੈਨਲ ਆ ਜਿਹੜੇ ਸਾਡੇ ਈਵੈਂਟਸ ਨੂੰ ਕਵਰ ਕਰਦੇ ਆ। ਜੇ ਸਾਡੇ ਰੈਫਰੈਂਡਮ ਦੀਆਂ ਵੋਟਾਂ ਹੁੰਦੀਆਂ, ਸਿੰਸ ਜੇ ਅਸੀਂ ਗੱਲ ਕਰੀਏ 2021 31st ਅਕਟੂਬਰ ਕੁਈਨ ਅਲਿਜ਼ਾਬੈਥ ਸੈਂਟ ਟੂ ਰਾਈਟ ਨੈਕਸਟ ਟੂ ਬ੍ਰਿਟਿਸ਼ ਪਾਰਲੀਮੈਂਟ ਦੇ ਨਾਲ ਸਾਡੀ ਉਹ ਵੈਨਿਊ ਸੀ। ਜੇ ਅੱਜ ਇੱਥੇ ਕੁਸ਼ਚਨ ਉੱਠਦਾ ਵਾ ਕਿ ਜਿਹੜੇ ਤੁਹਾਡੇ ਪੋਸਟਰਸ ਆ, ਤੁਹਾਡੇ ਪੋਸਟਰ ਦੇ ਉੱਤੇ ਜਿਹੜੀ ਆ 47 AK-47 ਜਿੱਦਾਂ ਦਿਖਾਈ ਗਈ ਆ, ਪਰ ਮੇਰਾ ਕੁਸ਼ਚਨ ਇਹ ਆ, ਜੇ ਉਹ ਸੇਮ ਪੋਸਟਰ ਬ੍ਰਿਟਿਸ਼ ਪਾਰਲੀਮੈਂਟ ਦੇ ਰਾਈਟ ਨੈਕਸਟ ਬ੍ਰਿਟਿਸ਼ ਪਾਰਲੀਮੈਂਟ ਕੁਈਨ ਅਲਿਜ਼ਾਬੈਥ 2 ਸੈਂਟਰ ਦੇ ਵਿੱਚ ਵੋਟਾਂ ਹੋ ਸਕਦੀਆਂ, ਉਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ। ਅੱਜ ਇੱਥੇ ਓਬਜੈਕਸ਼ਨ ਕਿਉਂ ਆ? ਕੀ ਇਹ ਨੋਰਮਲ ਕਮਿਊਨਿਟੀ ਦਾ ਓਬਜੈਕਸ਼ਨ ਆ ਜਾਂ ਸੈਟਅਪ ਕੀਤੀਆਂ ਗਈਆਂ ਲੋਬੀਜ਼ ਦਾ ਓਬਜੈਕਸ਼ਨ ਆ? ਕਿ ਜੇ ਹੁਣ ਉਹ ਗੱਲ ਕਰੀਏ ਕਿ ਕਹਿੰਦੇ ਕਿ ਸਾਰੇ ਬੱਚਿਆਂ ਦੇ ਉੱਤੇ ਜਿੱਦਾਂ ਇਨਫਲੂਐਂਸ ਆ, ਹੁਣ ਤੁਸੀਂ ਦੱਸੋ ਸਕੂਲਸ ਦੇ ਵਿੱਚ ਹਿਟਲਰ ਦੀ ਹਿਸਟਰੀ ਪੜ੍ਹਾਈ ਜਾਂਦੀ ਆ, ਸਕੂਲਸ ਦੇ ਵਿੱਚ ਫਸਟ ਵਰਲਡ ਵਾਰ 2 ਦਿਖਾਈ ਜਾਂਦੀ ਆ, ਕਿ ਅਸੀਂ ਉਹ ਜਿਹੜੀ ਹਿਸਟਰੀ ਆ ਪੋਸਟਰ ਦੇ ਵਿੱਚ, ਇਹ ਸਿੱਖ ਹਿਸਟਰੀ ਆ, ਸਿੱਖ ਹਿਸਟਰੀ ਆ ਜੇ ਪੋਸਟਰ ਦੇ ਵਿੱਚ ਦਿਖਾਇਆ ਜਾ ਰਿਹਾ ਵਾ AK-47 ਐਂਡ ਪਿੰਨ ਦੀ ਨਿਬ ਡੈਮੇਜ ਕਰਦੀ ਆ, ਜਿਹੜੇ ਸਿੱਖ ਕੌਮ ਦੇ ਉੱਤੇ ਵਾਇਲੇਸ਼ਨਸ ਹੋਈਆਂ ਵਾ। ਜੇ ਅਸੀਂ ਗੱਲ ਕਰੀਏ ਏਚਿਸ ਦੀ ਉਸ AK-47 ਨੇ ਜਿਹੜੀ ਸਪੈਸ਼ਲ ਸੈਟਅਪ ਕੀਤੀ ਗਈ ਸੀ ਇੰਡੀਆ ਵੱਲੋਂ, ਹਿੰਦੁਸਤਾਨ ਵੱਲੋਂ, ਉਸ AK-47 ਜਿਹੜੀ ਕਿ ਅਫੀਸ਼ਲੀ ਜਿਹੜੀ ਕਹਿੰਦੇ ਹੁੰਦੇ ਗਵਰਨਮੈਂਟ ਫੰਡਿੰਗ ਟੈਰਰਿਜ਼ਮ ਸੀ, ਸਟੇਟ ਦੇ ਟੈਰਰਿਜ਼ਮ ਨੇ ਜਿਹੜੀ ਸਿੱਖ ਕੌਮ ਦੇ ਕਾਨ ਕਰਨ ਦੇ ਵਰਤੀ ਆ, ਅੱਜ ਸਿੱਖ ਕੌਮ ਪੈਨ ਦੇ ਨਾਲ, ਪੈਨ ਦੀ ਨਿਬ ਦੇ ਨਾਲ ਉਹਨੂੰ ਤੋੜ ਰਹੀ ਆ, ਅਤੇ ਉਹਦੇ ਵਿੱਚ ਰੋਂਗ ਕੀ ਆ? ਜੇ ਜਿੱਦਾਂ ਵੀਰ ਨੇ ਦੱਸਿਆ ਯੂਨਾਈਟਿਡ ਨੇਸ਼ਨ ਦੇ ਰਾਈਟ ਸਾਹਮਣੇ ਜੇ ਉਹ ਗਨ ਨੂੰ ਤੋੜ ਰਹੇ ਆ ਫੋਰ ਦਾ ਫੀਸ ਵਾਸਤੇ ਐਂਡ ਵਾਇਲੈਂਟ ਨੂੰ ਕੰਟਰੋਲ ਕਰਨ ਲਈ, ਐਗਜੈਕਟਲੀ ਦਾ ਸੇਮ ਸਿੱਖ ਕੌਮ ਕਰ ਰਹੀ ਆ, ਰੋਂਗ ਕੀ ਆ? ਕੁਛ ਗਲਤ ਨਹੀਂ ਗਾ। ਸੋ ਜੇ ਤੁਸੀਂ ਹਿਸਟਰੀ ਦੇ ਚੈਪਟਰ ਦੇ ਵਿੱਚ ਵਰਲਡ ਵਾਰ 1 ਦਿਖਾਉਂਦੇ ਆ, ਤੁਹਾਡੇ ਬੱਚੇ ਉਹ ਵੀ ਦੇਖਦੇ ਆ, ਵਾਇਲੇਸ਼ਨਸ ਜੇ ਕਹਿੰਦੇ ਹੋ, ਵਾਇਲੇਸ਼ਨਸ ਨਹੀਂ ਗਏ, ਉਹ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਜੇ ਕੀਤਾ ਗਿਆ। ਪਰ ਅੱਜ ਜੇ ਪਿੰਨ ਦੀ ਤਾਕਤ, ਕਲਮ ਦੀ ਤਾਕਤ, ਬੈਲਟ ਦੀ ਤਾਕਤ, ਬੁਲਟ ਦੀ ਤਾਕਤ ਨੂੰ ਫਿਨਿਸ਼ ਕਰਦੀ ਆ, ਮਰੋੜਦੀ ਆ, ਤਾਂ ਉਹਦੇ ਵਿੱਚ ਓਬਜੈਕਸ਼ਨ ਕਿਉਂ ਆ? ਸੋ ਸਾਡੇ ਕੋਲ ਮੀਡੀਆ ਦੀ ਗੱਲ ਕਰਦੇ ਹਾਂ, ਇਹ ਮੀਡੀਆ ਨੂੰ ਕਵਰ ਕਰਨ ਵਾਸਤੇ ਤੁਸੀਂ ਅੱਜ ਆਏ ਹੋ, ਤੁਹਾਡਾ ਬਹੁਤ ਥੈਂਕ ਯੂ ਕਰਨ ਵਾਸਤੇ। ਸਾਡੇ ਕੋਲ ਜ਼ਿਆਦਾ ਮੀਡੀਆ ਨਹੀਂ, ਕਿ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਹਰ ਮੀਡੀਆ ਨੋ ਮੈਟਰ ਵਾਟ ਕਿਹੜੇ ਮਰਜ਼ੀ ਆ, ਤੁਸੀਂ ਪੰਜਾਬ ਦੇ ਆ, ਪੰਜਾਬ ਦੀ ਮਿੱਟੀ ਤੋਂ ਜੰਮੇ ਆ, ਪੰਜਾਬ ਦਾ ਖਾਂਦੇ ਆ, ਪੰਜਾਬ ਦਾ ਪੀਂਦੇ ਆ, ਪੰਜਾਬ ਕਰਕੇ ਤੁਸੀਂ ਅੱਜ ਦੁਨੀਆ ਦੇ ਵਿੱਚ ਆਪਣੀ ਜਿਹੜੀ ਆ ਪੋਜੀਸ਼ਨ ਬਣਾ ਕੇ ਰੱਖੀ ਆ। ਅੱਜ ਹੀ ਤੁਹਾਡੇ ਕੋਲ ਟਾਈਮ ਆ, ਤੁਹਾਨੂੰ ਪੰਜਾਬ ਦੇ ਨਾਲ ਖੜਨਾ ਪੈਣਾ ਵਾ, ਤੁਹਾਨੂੰ ਆਪਣੀ ਨੇਸ਼ਨ ਸਟੇਟ ਨਾਲ ਖੜਨਾ ਪੈਣਾ ਵਾ, ਤੁਹਾਨੂੰ ਆਪਣੇ ਦੇਸ਼ ਪੰਜਾਬ ਨਾਲ ਖੜਨਾ ਪੈਣਾ ਵਾ। 10th September ਨੂੰ ਵੋਟਾਂ ਹੋ ਰਹੀਆਂ ਵਾ ਇਸੇ ਗੁਰਦੁਆਰੇ ਦੇ ਵਿੱਚ, ਵੀਰ ਹਰਦੀਪ ਸਿੰਘ ਨਿੱਜਰ, ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਨਾਂ ਦੇ ਉੱਤੇ, ਅੱਜ ਤਲਵਿੰਦਰ ਸਿੰਘ ਪਰਮਾਰ ਦੇ ਨਾਂ ਦੇ ਉੱਤੇ ਅੱਜ ਤੁਹਾਡੇ ਕੋਲ ਚਾਂਸ ਆ। ਤੁਸੀਂ ਵੋਟਾਂ ਬਹੁਤ ਕੀਤੀਆਂ, ਬੇਸ਼ੱਕ ਤੁਸੀਂ ਇੰਡੀਆ 'ਚ ਸੀ ਜਾਂ ਇੱਥੇ ਸੀ, ਇੰਡੀਆ ਦੇ ਵਿੱਚ ਤੁਸੀਂ ਵੋਟ ਕੀਤੀ ਹੈ, ਕਦੇ ਤੁਸੀਂ ਇੰਦਰਾ ਗਾਂਧੀ ਨੂੰ ਵਿਨ ਕੀਤਾ, ਕਦੇ ਤੁਸੀਂ ਪ੍ਰਾਈਮ ਮਿਨਿਸਟਰ ਮੋਦੀ ਨੂੰ ਚੂਜ਼ ਕੀਤਾ, ਪਰ ਅੱਜ ਤੁਹਾਡੇ ਕੋਲ ਮੌਕਾ ਵਾ, ਤੁਹਾਡੇ ਕੋਲ ਚਾਂਸ ਆ, ਤੁਸੀਂ ਆਪਣੀ ਸਟੇਟ ਨੇਸ਼ਨ ਖਾਲਿਸਤਾਨ ਦੀ ਵੋਟ ਕਰਨੀ ਆ। ਸੋ 10th September ਜ਼ਰੂਰ ਆਓ, ਆਪਣੀ ਵੋਟ ਉਸ ਸ਼ਹੀਦ ਨੂੰ ਡੈਡੀਕੇਟਡ